ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਚੋਰ ਬੇਅਦਬੀ ਕਾਂਡ ਦੇ 도ਚੀ ਸਿੱਖ ਨੌਜਵਾਨਾਂ ਦੇ ਕਾਤਲ ਸਿੱਖ ਵਿਰੋਧੀ ਤਾਕਤਾਂ ਦੇ ਯਾਰ ਪੰਥ ਦੇ ਗਦਾਰ ਬਾਦਲ ਕਿਆਂ ਨੂੰ ਵਿਦਵਾਨ ਸਭਾ ਚੋਣਾਂ ਦੇ ਅੰਦਰ ਪੰਜਾਬ ਵਾਸੀਆਂ ਵੱਲੋਂ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਮੰਝਣ ਤੇ ਸਿੱਖ ਸਦਭਾਵਨਾ ਦਲ ਵੱਲੋਂ ਪੰਜਾਬ ਵਾਸੀਆਂ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਮਾਝ ਕੇ ਰਵਾਇਤੀ ਪਾਰਟੀਆਂ ਨੂੰ ਦੱਸ ਦਿੱਤਾ ਗੁਰੂ ਪੰਥ ਨਾਲ ਗਦਾਰੀ ਕਰਨ ਦਾ ਖਮਿਆਜਾ ਕੀ ਭੁਗਤਣਾ ਪੈਂਦਾ ਹੈ ਆਉਣ ਵਾਲੀ ਆਮ ਆਦਮੀ ਪਾਰਟੀ ਨੂੰ ਨਸੀਤ ਵੀ ਦੇ ਦਿੱਤੀ ਬਹੁਮਤ ਦੇ ਕੇ ਕਿ ਜੇ ਕਿਧਰੇ ਗੁਰੂ ਪੰਥ ਪੰਜਾਬ ਦੇ ਪੌਣ ਪਾਣੀ ਧਰਤੀ ਜਵਾਨੀ ਕਿਸਾਨੀ ਅਜਮਤ ਸੰਨਤ ਸੇਤ ਸਿੱਖਿਆ ਸੁਰੱਖਿਆ ਭਵੇਖ ਨਾਲ ਕਿਸੇ ਕਿਸਮ ਦਾ ਤੁਹਾਡੇ ਵੱਲੋਂ ਖਿਲਵਾੜ ਹੋਇਆ ਤਾਂ 31 ਦੇ 51 ਪਾ ਕੇ ਤੁਹਾਨੂੰ ਵੀ ਜਵਾਬ ਉਹੀ ਦਿੱਤਾ ਜਾਊ ਇੱਥੇ ਇਹ ਸਾਬਤ ਕਰ ਦਿੱਤਾ ਗਿਆ ਔਰ ਬਾਦਲ ਕਿਆਂ ਦੇ ਡੁੱਬਦੇ ਬੇੜੇ ਨੂੰ ਕੈਪਟਨ ਕਿਆਂ ਦੇ ਡੁੱਬਦੇ ਬੇੜੇ ਨੂੰ ਦਾਨ ਕੀਤੇ ਹੋਏ ਕਾਲੇ ਕੱਟੇ ਨਹੀਂ ਬਚਾ ਸਕੇ ਤੇ ਬਾਦਲ ਕਿਆਂ ਨੂੰ ਪੂਰੀ ਸ욬 ਕਚਿੱਟੀ ਸ욬 ਸਰਕਾਰੀ ਸੰਤ ਸਮਾਜ ਵਿਕਾਊ ਜਥੇਦਾਰ ਜਾਂ ਸਿਰੀ ਰੱਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪ੍ਰਚਾਰਕ ਸ਼੍ਰੇਣੀ ਜਿਹੜੀ ਬਾਦਲ ਕਿਆਂ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਤੇ ਹੁਣ ਤੱਕ ਰਮੂਹ ਚ ਘੁੰਗਣੀਆਂ ਪਾ ਕੇ ਬੈਠੀ ਹੋਈ ਉਹ ਬੋਲੀ ਤੱਕ ਨਹੀਂ ਔਰ ਸੌਦੇ ਸਾਦ ਦਾ ਉਹ ਸਰਜੰਤਰ ਜਿਹੜਾ ਸੀਗਾ ਉਹ ਵੀ ਬਾਦਲ ਕਿਆਂ ਦੇ ਡੁੱਬਦੇ ਬੇੜੇ ਨੂੰ ਬਚਾ ਨਾ ਸਕਿਆ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਜੇਹੀ ਮਾਰ ਪਈ ਇਹਨਾਂ ਲੋਕਾਂ ਨੂੰ ਇਹਨਾਂ ਨੇ ਸਹਾਂ ਖਾਧੀਆਂ ਕੱਖ ਨਾ ਰਵੇ ਸਕੰਦਰ ਵਰਗਿਆਂ ਨੂੰ ਵੀ ਮਾਤ ਪਾ ਦਿੱਤੀ ਜਿਨਨੇ ਕਿਹਾ ਸੀ ਅਰਥੀ ਚੋਂ ਹੱਥ ਬਾਹਰ ਕੱਢ ਦਿਓ ਨਾਲ ਕੁਝ ਨਹੀਂ ਜਾਣਾ ਇਹ ਸੋਚਦੇ ਸੀ ਨਾਲ ਕੁਝ ਨਹੀਂ ਜਾਣਾ ਛੱਡ ਕੇ ਕੱਖ ਨਹੀਂ ਜਾਣਾ ਪਰ ਗੁਰੂ ਗ੍ਰੰਥ ਤੇ ਗੁਰੂ ਪੰਥ ਜਿਹੜੀ ਮਨੁਮਤਾ ਦੀ ਆਵਾਜ਼ ਸੀ ਉਧਰੋਂ ਇਹਨਾਂ ਨੂੰ ਉਹ ਮਾਰ ਪਈ ਕਿ ਨਾਲ ਕੱਖ ਨਹੀਂ ਜਾਣਾ ਤੇ ਸੱਜਣੋਂ ਛੱਡ ਕੇ ਕੱਖ ਨਹੀਂ ਜਾਣਾ ਤੇ ਰਹਿਣਾ ਤੁਹਾਡਾ ਵੀ ਕੱਖ ਨੇ ਇਹ ਸਾਰਾ ਕੁਝ ਸਾਬਤ ਹੋਇਆ ਪੰਜਾਬ ਵਾਸੀਆਂ ਨੇ ਇਨਸਾਫ ਲਈ ਬਦਲਾ ਲਈ ਇਹਨਾਂ ਹਾਕਮਾਂ ਨੂੰ ਇਹ ਵੋਟਾਂ ਦੀ ਬੋਲੀ ਸਮਝਦੇ ਸਨ ਉਹ ਸਮਝਾਈ ਗਈ ਕਿਉਂਕਿ ਕਾਨੂੰਨ ਤੇ ਧਰਮ ਇਹਨਾਂ ਲੋਕਾਂ ਨੇ ਛਿੱਕੇ ਟੰਗ ਦਿੱਤੇ ਹੋਏ ਆ 2016 ਤੋਂ ਆਵਾਜ਼ ਦੇ ਰਹੇ ਆ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਆਓ ਜਿੱਥੇ ਕਿਸਾਨ ਭਰਾਵਾਂ ਨੇ ਵੋਟਾਂ ਦੀ ਬੋਲੀ ਮੋਦੀ ਸਰਕਾਰ ਨੂੰ ਸਮਝਾਈ ਇੱਥੇ ਪੰਜਾਬ ਵਾਸੀਆਂ ਨੇ ਬਾਦਲ ਕੇ ਕੈਪਟਨ ਕਿਹਾ ਨੂੰ ਸਮਝਾਈ ਅਗਲਾ ਬਾਟਾ ਕਿਹੜਾ ਮਾਜਣਾ ਹੈ ਕਿਉਂਕਿ ਕੱਲ ਦੇ ਫੋਨ ਬਹੁਤ ਆ ਰਹੇ ਨੇ ਸਿੱਖ ਸੰਗਤਾਂ ਦੇ ਬਾਈ ਸਾਹਿਬ ਜੀ ਅਸੀਂ ਇਹ ਬਾਟਾ ਤੁਹਾਡੇ ਵੱਲੋਂ ਕਿਹਾ ਸੀਗਾ ਬਦਲ ਕਿਆਂ ਦਾ ਮੰਝ ਕੇ ਰੱਖ ਦਿੱਤਾ ਹੈ ਹੁਣ ਦੱਸੋ ਅਗਲਾ ਕੰਮ ਕੀ ਕਰਨ ਵਾਲਾ ਹੈ ਤੇ ਬੇਨਤੀ ਕਰਦਾ ਹੈ ਅਗਲਾ ਬਾਟਾ ਜਿਹੜਾ ਮੰਝਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਰ ਨਗਰ ਹਰ ਪਿੰਡ ਹਰ ਸ਼ਹਿਰ ਦੇ ਵਿੱਚੋਂ ਸਿੱਖ ਨੌਜਵਾਨੀ ਬਜ਼ੁਰਗ ਸਾਡੀਆਂ ਮਤਾਵਾ ਭੈਣਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣ ਤਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੀ ਬਾਦਲ ਕੋੜਮੇ ਦਾ ਬੋਰੀਆ ਬਿਸਤਰਾ ਗੋਲ ਕਰਕੇ ਇਸ ਗੱਲ ਤੇ ਮੋਹਰ ਲਾਈ ਜਾਵੇ ਜਿਹੜੇ ਕਹਿੰਦੇ ਨੇ ਅਕਾਲੀ ਦਲ ਦਾ ਭੋਗ ਪੈ ਗਿਆ ਉਹਨਾਂ ਨੂੰ ਦੱਸ ਦਈਏ ਭੋਗ ਅਕਾਲੀ ਦਲ ਬਾਦਲ ਦਾ ਪਿਆ ਆ ਅਕਾਲੀ ਦਲ ਦਾ ਨਹੀਂ ਅਕਾਲੀ ਅਕਾਲੀ ਫੂਲਾ ਸਿੰਘ ਜੀ ਨੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਬਾਦਲ ਕਾਲੀ ਦਲ ਦਾ ਭੋਗ ਪਾ ਕੇ ਅਕਾਲੀ ਦਲ ਦੀ ਬਹਾਲੀ ਕੀਤੀ ਜਾਈਏ ਜਾ ਸਕੇ ਤਾਂ ਜੋ ਆਉਣ ਵਾਲਾ ਪੰਜਾਬ ਤੇ ਪੰਥ ਦਾ ਭਵਿੱਖ ਜਿਹੜਾ ਹੈ ਉਹ ਪੁਰਾਣਾ ਹੀ ਬਹਾਲ ਕੀਤਾ ਜਾ ਸਕੇ ਨਵਾਂ ਪੰਜਾਬ ਨਹੀਂ ਪੁਰਾਣਾ ਪੰਜਾਬ ਊੜਾ ਤੇ ਜੋੜਾ ਪੱਗ ਤੇ ਚੁੰਨੀ ਪੰਥ ਗ੍ਰੰਥ ਸੇਵਾ ਸਿਮਰਨ ਕਲਮ ਤੇ ਕਿਰਪਾਨ ਸਿੰਘ ਤੇ ਕੌਰ ਵਾਲੇ ਗੁਣ ਉਹ ਬਹਾਲ ਕੀਤੇ ਜਾ ਸਕਣ ਜਿੱਥੇ ਬਦਲਾ ਲਈ ਵਧਾਈ ਦਿੰਨੇ ਆ ਉਥੇ ਇਨਸਾਫ ਲਈ ਲੰਬੰਦ ਕਰਦੇ ਆ ਤੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਬੇਨਤੀ ਕਰਦੇ ਆ ਸਾਥ ਦਿਓ ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤ ਤਾਰੀ ਹੋ ਕੇ ਜਿਓ ਆਪ ਜੀ ਪੰਜਾਬ ਵਾਸੀਆਂ ਦਾ ਕਟਾਨ ਕੋਟ ਧੰਨਵਾਦ 17 ਮਹੀਨਿਆਂ ਤੋਂ ਬੈਠੇ ਹੋਏ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਵਾਸਤੇ ਆਓ ਅਗਲਾ ਮੋਰਚਾ ਇਨਸਾਫ ਹੈ ਤੇ ਉਦੋਂ ਅਗਲਾ ਮੋਰਚਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਫਤਿਹ ਹਾਸਲ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ